ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਤਨਦਰ ਸਿੰਘ ਉੱਠੀ ਵੈਲਕਮ ਟੂ ਮਾਈ YouTube 1380 ਚਾਹੀ ਸੋ ਉਮੀਦ ਕਰਦਾ ਜੀ ਸਾਰੇ ਵਧੀਆ ਹੋਵਗੇ ਸਾਰੇ ਖੁਸ਼ ਹੋਵਗੇ ਸਾਰੇ ਆਬਾਦ ਹੋਵਗੇ ਦੁਨੀਆ ਦੇ ਜਿਸ ਕੋਨੇ ਤੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋਵਗੇ ਸੋ ਐਸ ਯੂ ਆਲ ਨੋ ਦੈਟ ਆਮ ਵਰਕਿੰਗ ਐਜ਼ ਅ ਨਰਸ ਇਨ ਕੈਨੇਡਾ ਤੇ ਇੰਡੀਆ ਦੇ ਵਿੱਚ ਵੀ ਮੈਂ ਨਰਸਿੰਗ ਦੀ ਪੜ੍ਹਾਈ ਕੀਤੀ ਸੀਗੀ ਤੇ ਅੱਜ ਇੱਕ ਟੌਪਿਕ ਲੈ ਕੇ ਆਏ ਜੀ ਬਹੁਤ ਹੀ ਡਿਫਰੈਂਟ ਟਾਪਿਕ ਆ ਜਿਹੜਾ ਆਪਾਂ ਰੋਜ਼ ਮਰਹਾਂ ਦੀ ਜ਼ਿੰਦਗੀ ਦੇ ਵਿੱਚ ਟਾਪਿਕ ਸੁਣਦੇ ਆ ਜਾਂ ਰੋਜ਼ ਮਰਹਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਚੀਜ਼ਾਂ ਕੁਝ ਦੇਖਦੇ ਆ ਹਨ ਸੋ ਇੱਕ ਖਬਰ ਆ ਜੀ ਕੈਨੇਡਾ ਦੇ ਰਿਗਾਰਡਿੰਗ ਖਬਰ ਆ ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਤਾਂ ਕੈਨੇਡਾ ਦੀ ਆਪਾਂ ਨੂੰ ਜ਼ਿਆਦਾ ਖਬਰ ਅਦਾ ਹੁੰਦਾ ਹਨ ਸੋ ਕੈਨੇਡਾ ਨੇ ਜੀ ਰੂਲ ਪਾਸ ਕਰ ਰਹੇ ਆ ਕੈਨੇਡਾ ਨੈਕਸਟ ਈਅਰ 2023 ਦੇ ਵਿੱਚ ਮਾਰਚ ਤੋਂ ਆਲਰੇਡੀ ਇਫੈਕਟਿਵ ਆ ਸੋ ਗੱਲ ਆਪਾਂ ਕਰਨੀ ਹੈ ਜੀ ਯੂਥਨੇਸ਼ੀਆ ਬਾਰੇ ਸੋ ਕਈਆਂ ਨੂੰ ਮੇਰੇ ਵੀਰਾਂ ਨੂੰ ਪਤਾ ਹੋਣਾ ਯੂਥਨੇਸ਼ੀਆ ਬਾਰੇ ਕਈਆਂ ਨੂੰ ਨਹੀਂ ਪਤਾ ਹੋਣਾ ਠੀਕ ਹੈ ਜਿਹੜੇ ਦਾ ਮੈਡੀਕਲ ਫੀਲਡ ਨਾਲ ਰਿਲੇਟਡ ਹੋਣਗੇ ਉਹਨਾਂ ਨੂੰ ਤਾਂ ਪਤਾ ਹੋਣਾ ਇਹ ਚੀਜ਼ ਬਾਰੇ ਬਟ ਦੋਜ਼ ਆਰ ਨਾਟ ਰਿਲੇਟਡ ਟੂ ਮੈਡੀਕਲ ਦੇ ਡੋਨੋ ਨੋ ਸੋ ਯੂਥਨੇਸ਼ੀਆ ਜੀ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿ ਦਿੰਦੇ ਆ ਵੀ ਆਪਣੀ ਮਰਜ਼ੀ ਨਾਲ ਮਰਨਾ ਇਹ ਇੱਕ ਸੁਸਾਈਡ ਹੁੰਦਾ ਬਟ ਅਸਿਸਟਡ ਸੁਸਾਈਡ ਹੁੰਦਾ ਇਹਨੂੰ ਮੈਡੀਕਲ ਅਸਿਸਟਡ ਡੈਥ ਵੀ ਕਹਿੰਦੇ ਨੇਗੇ ਐਮਏਆਈਡੀ ਵੀ ਕਹਿੰਦੇ ਨੇ ਠੀਕ ਹੈ ਵੀ ਜਿਹਦੇ ਵਿੱਚ ਅਸਿਸਟੈਂਸ ਮਿਲਦੀ ਹੈਗੀ ਤੁਹਾਨੂੰ ਮਰਨ ਵਿੱਚ ਸੋ 2021 ਦੇ ਵਿੱਚ ਵਿੱਚ ਕੈਨੇਡਾ ਦੇ ਵਿੱਚ 10000 ਲੋਕਾਂ ਨੇ ਐਮਏਆਈਡੀ ਨੂੰ ਅਪਣਾਇਆ ਸੋ ਇਹ ਕਿੰਨਾ ਵਿੱਚ ਹੁੰਦੀ ਸੀਗੀ ਇਹਨੂੰ ਇੰਟੈਂਸ਼ਨਲੀ ਡੈਥ ਕਹਿੰਦੇ ਨੇਗੇ ਵੀ ਜਿਹੜੇ ਬੰਦੇ ਟਰਮੀਨਲ ਇਲ ਨੇ ਜਾਂ ਜਿਹੜੇ ਸਫਰ ਕਰ ਰਹੇ ਨੇ ਜਿਵੇਂ ਕੋਈ ਬੰਦਾ ਲਾਸਟ ਸਟੇਜ ਉੱਤੇ ਆ ਕੈਂਸਰ ਦੇ ਉੱਤੇ ਠੀਕ ਆ ਜਾਂ ਕਿਸੇ ਦੀ ਡਿਸਕ ਦੇ ਵਿੱਚ ਪ੍ਰੋਬਲਮ ਆ ਵੀ ਉਹ ਤਰ ਫਿਰ ਨਹੀਂ ਸਕਦਾ ਠੀਕ ਆ ਕੋਈ ਬੰਦਾ 휠 ਚੇਅਰ ਉੱਤੇ ਬਹੁਤ ਟਾਈਮ ਤੁਸੀਂ ਮੇਬੀ ਇੱਕ ਮੂਵੀ ਵੀ ਦੇਖੀ ਹੋਣੀ ਹੈ ਇੰਡੀਆ ਦੇ ਵਿੱਚ ਗੁਜਾਰਿਸ਼ ਆ ਉਹਦੀ ਰਿਤਿਕ ਰੋਸ਼ਨ ਦੀ ਮੂਵੀ ਆ ਤੇ ਉਹਦੇ ਵਿੱਚ ਉਹ ਲਾਸਟ ਦੇ ਉੱਤੇ ਯੂਥਨੇਸ਼ੀਆ ਨੂੰ ਆ ਕਹਿੰਦੇ ਹੁੰਦਾ ਵੀ ਮੈਨੂੰ ਵੀ ਮੌਤ ਚਾਹੀਦੀ ਹੈ ਮੈਨੂੰ ਸਵੈ ਇਛਾ ਮੇਰੀ ਮਰਜ਼ੀ ਆ ਵੀ ਮੈਨੂੰ ਮੌਤ ਦਿੱਤੀ ਜਾਵੇ ਸੋ ਉਹ ਰੂਲ ਕੈਨੇਡਾ ਦੇ ਵਿੱਚ ਵੈਸੇ 2016 ਦੇ ਵਿੱਚ ਪਾਸ ਹੋਇਆ ਸੀਗਾ ਇਹ ਲਾਓ ਵੀ ਕੋਈ ਬੰਦਾ ਜੇ ਜਿਆਦਾ ਸਫਰ ਕਰ ਰਿਹਾ ਤਾਂ ਉਹਨੂੰ ਮੌਤ ਮਿਲ ਸਕਦੀ ਹੈਗੀ ਅਸਿਸਟੈਂਸ ਰਾਹੀਂ ਸੋ ਅਸਿਸਟ ਕੌਣ ਕਰ ਸਕਦਾ ਮੌਤ ਪਹਿਲੀ ਗੱਲ ਤਾਂ ਉਹ एलिਜੀਬਿਲਟੀ ਦੇਖ ਦੇਣਗੇ ਵੀ ਕਿਹੜਾ ਬੰਦਾ ਮੌਤ ਵਾਸਤੇ एलिਜੀਬਲ ਆ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਕੋਈ ਬੰਦਾ ਬਹੁਤ ਸਾਲਾਂ ਤੋਂ ਸਫਰ ਕਰ ਰਿਹਾ ਕੋਈ ਬੰਦਾ ਬਹੁਤ ਪੇਨ ਦੇ ਵਿੱਚ ਆ ਤੇ ਉਹਦਾ ਕੋਈ ਇਲਾਜ ਹੀ ਨਹੀਂ ਹੈਗਾ ਜਾਂ ਜਿਹੜੇ ਬੰਦੇ ਨੇ ਸਾਰੇ ਇਲਾਜ ਕਰਵਾ ਲਏ ਨੇ ਵੀ ਹੁਣ ਯਾਰ ਨਹੀਂ ਜਾਂ ਕਿਸੇ ਨੂੰ ਕੋਈ ਸਾਹਮਣ ਵਾਲਾ ਹੀ ਨਹੀਂ ਹੈਗਾ ਵੀ ਕੋਈ ਉਹਦੀ ਸਾਂਹ ਸੰਭਾਲ ਨਹੀਂ ਕਰ ਸਕਦਾ ਕੋਈ ਕੇਅਰ ਹੀ ਨਹੀਂ ਕਰ ਸਕਦਾ ਜਾਂ ਕੋਈ ਬੰਦਾ ਜ਼ਿੰਦਗੀ ਤੋਂ ਅੱਕ ਗਿਆ ਵੀ ਬੱਸ ਯਾਰ ਹੁਣ ਨਹੀਂ ਸੋ ਇਨ 댓 ਕੇਸ ਉਹ ਐਪਲੀਕੇਸ਼ਨ ਕਰਦਾਗਾ ਠੀਕ ਹੈ ਹੈਲਥ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਹੁੰਦੀ ਹੈਗੀ ਤਾਂ ਉਸ ਤੋਂ ਬਾਅਦ ਫਿਰ ਉਹਦਾ ਨੰਬਰ ਆਉਂਦਾ ਫਿਰ ਉਹਨੂੰ ਇਹ ਐਮ ਆਈ ਡੀ ਮਿਲਦੀ ਆ ਮੈਡੀਕਲ ਅਸਿਸਟੈਂਸ ਇਨ ਡੈਥ ਮਿਲਦੀ ਹੈਗੀ ਸੋ ਕੈਨੇਡਾ ਦੇ ਵਿੱਚ ਜੀ ਹੁਣ ਤੱਕ 10000 ਲਾਸਟ ਈਅਰ ਦੇ ਵਿੱਚ ਡੈਥ ਹੋ ਚੁੱਕੀਆਂ ਨੇ ਇਹ ਚੀਜ਼ ਦੇ ਵਿੱਚ ਤੇ ਜਿਹੜਾ 2023 ਦੇ ਵਿੱਚ ਲਾਅ ਆ ਰਿਹਾਗਾ ਸੋ ਉਹ ਲਾਅ ਦੇ ਵਿੱਚ ਜਿਹੜੇ ਹੁਣ ਮੈਂਟਲੀ ਇਲ ਹੋਣਗੇ ਉਹ ਵੀ ਅਪਲਾਈ ਕਰ ਸਕਦੇ ਨੇਗੇ ਜਿਨ੍ਹਾਂ ਨੂੰ ਮੈਂਟਲੀ ਪ੍ਰੋਬਲਮਸ ਨੇਗੀਆਂ ਤੇ 18 ਪਲੱਸ ਜਿਹੜੇ ਹੋਣਗੇ ਬੰਦੇ ਉਹ ਵੀ ਅਪਲਾਈ ਕਰ ਸਕਦੇ ਨੇ ਹੁਣ ਅੱਗੇ ਆਉਂਦਾ ਸੀ ਵੀ ਉਹ ਕੰਡੀਸ਼ਨ ਅਸੈਸ ਕਰਦੇ ਹੁੰਦੇ ਸੀਗੇ ਵੀ ਆਰ ਵੀ ਕੋਈ ਬੰਦਾ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਸੋ ਇਹ ਇਹ ਸਾਰਾ ਇਹਨਾਂ ਨੇ ਆਪਣੀ ਵੈਬਸਾਈਟ ਉੱਤੇ ਦਿੱਤਾ canada.ca ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ ਮੈਂ ਇਹਦਾ ਲਿੰਕ ਸ਼ੇਅਰ ਜਰੂਰ ਕਰੂੰਗਾ ਅ ਡਿਸਕ੍ਰਿਪਸ਼ਨ ਦੇ ਵਿੱਚ ਸੋ ਦੇਖੋ ਕੀ ਹਨਾ ਕੁਦਰਤ ਵੀ ਕੁਦਰਤ ਨੇ ਤੁਹਾਨੂੰ ਜਿੰਦਗੀ ਦਿੱਤੀ ਆ ਤੇ ਆਪਣੀ ਇੱਕ ਲਾਈਫ ਡੈਥ ਦੋਨੇ ਸੁਨਿਸ਼ਚਿਤ ਨਹੀਂ ਵੀ ਇੰਨੇ ਬੰਦੇ ਨੇ ਜੰਮਣਾ ਹਨਾ ਕੁਦਰਤ ਨੂੰ ਪਤਾ ਜੋ ਪ੍ਰਮਾਤਮਾ ਨੂੰ ਪਤਾ ਨਾ ਵੀ ਇੰਨੀ ਨੂੰ ਆਉਣਾ ਨਹੀਂ ਇੰਨੀ ਨੂੰ ਵਾਪਸ ਜਾਣਾ ਬਟ ਇਹ ਦੇਖ ਲਓ ਹੁਣ ਇੱਕ ਤਰੀਕੇ ਨਾਲ ਵੀ ਕੁਦਰਤ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਵੀ ਬੰਦੇ ਆਪਣੀ ਮਰਜ਼ੀ ਨਾਲ ਮਰ ਸਕਦੇ ਨੇਗੇ ਇੱਕ ਤਾਂ ਚਲੋ ਸੁਸਾਈਡ ਹੁੰਦਾ ਹੈ ਨਾ ਸੁਸਾਈਡ ਦੇ ਵਿੱਚ ਜਦੋਂ ਮਤਲਬ ਕਹੋ ਪ੍ਰੈਸ਼ਰ ਕਰਕੇ ਹੁੰਦਾ ਉਹ ਚੀਜ਼ ਹੈ ਨਾ ਬਟ ਇਹ ਤਾਂ ਆਪਣੀ ਮਰਜ਼ੀ ਦੇ ਨਾਲ ਅਸਿਸਟੈਂਸ ਲੈ ਕੇ ਮਰਨਾ ਅੱਛਾ ਇਹ ਦੋ ਤਰੀਕੇ ਦੀ ਇਹਨਾਂ ਨੇ ਕਿਹਾਗਾ ਠੀਕ ਹੈ ਇੱਕ ਤਾਂ ਹੈਗੀ ਆ ਵੀ ਤੁਸੀਂ ਅਸਿਸਟੈਂਸ ਲੈਣੀ ਹੈਗੀ ਡਾਕਟਰ ਫਾਰਮਾਸਿਸਟ ਜਾਂ ਨਰਸ ਤੋਂ ਦੂਜੀ ਹੈਗੀ ਆ ਵੀ ਤੁਸੀਂ ਆਪਦੀ ਆਪ ਹੀ ਤੁਸੀਂ ਆਪ ਦੇ ਆਪ ਨੂੰ ਆਪ ਇੰਜੈਕਟ ਕਰ ਲੈਣਾ ਸੋ ਇਹਦੇ ਵਿੱਚ ਕੀ ਹੁੰਦਾਗਾ ਯੂਥਨੇਸ਼ੀਆ ਦੇ ਵਿੱਚ ਜਿਵੇਂ ਕੁਝ ਇੰਜੈਕਸ਼ਨਸ ਹੁੰਦੇ ਨੇ ਕੁਝ ਡਰੱਗਸ ਹੁੰਦੀਆਂ ਨੇਗੀਆਂ ਤੇ ਮੈਨੂੰ ਉਹਨਾਂ ਦੇ ਨਾਮ ਨਹੀਂ ਪਤਾ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਸੋ ਕੁਝ ਡਰੱਗਸ ਹੁੰਦੀਆਂ ਨੇਗੀਆਂ ਜਿਹੜੀਆਂ ਆਪਾਂ ਆਪਣੇ ਵੇਇਨਸ ਦੇ ਵਿੱਚ ਲਾਉਣੀਆਂ ਨੇਗੀਆਂ ਠੀਕ ਹੈ ਜਿਵੇਂ ਆਪਾਂ ਟੀਕਾ ਲਾਉਂਦੇ ਆ ਨਾ ਨਾੜੀ ਦੇ ਵਿੱਚ ਟੀਕਾ ਲਾਉਂਦੇ ਆ ਉਹ ਕਹਿੰਦੇ ਹੁੰਦੇ ਨੇ ਮੌਤ ਵਾਲਾ ਟੀਕਾ ਕਹਿੰਦੇ ਨੇ ਇਹਨੂੰ ਆਪਾਂ ਸਰਲ ਪੰਜਾਬੀ ਦੇ ਵਿੱਚ ਕਹਿੰਦੇ ਆ ਪੰਜਾਬੀ ਦੇ ਵਿੱਚ ਮੌਤ ਵਾਲ ਟੀਕਾ ਕਹਿੰਦੇ ਨੇ ਇਹਨੂੰ ਯੂਥਨੇਸ਼ੀਆ ਨੂੰ ਤੁਸੀਂ ਪੜ ਸਕਦੇ ਹੋ ਬਹੁਤ ਇਹਦਾ ਡਾਟਾ ਪਿਆਗਾ ਬਟ ਮੇਰਾ ਅੱਜ ਲਾਈਵ ਜਾਂ ਵੀਡੀਓ ਬਣਾਉਣ ਦਾ ਮਤਲਬ ਇਹੀ ਸੀਗਾ ਵੀ ਜਿਹੜੀ ਕੰਟਰੀਜ਼ ਵਿੱਚ ਆਪਾਂ ਰਹਿ ਰਹੇ ਆ ਦੇਖੋ ਉੱਥੇ ਕਿੱਦਾਂ ਦੇ ਰੂਲ ਨੇ ਕਿੱਦਾਂ ਦੇ ਲਾਅ ਨੇਗੇ ਵੀ ਕਿੰਨੇ ਰਾਈਟ ਨੇਗੇ ਰਾਈਟ ਆ ਇੱਕ ਤਰੀਕੇ ਦਾ ਵੀ ਤੁਹਾਡੇ ਕੋਲ ਰਾਈਟ ਆ ਵੀ ਤੁਸੀਂ ਆਪ ਦਾ ਜਾਉਣਾ ਚਾਹੁੰਦੇ ਜਾਂ ਨਹੀਂ ਜਾਉਣਾ ਚਾਹੁੰਦੇ ਬਿਕਾਜ਼ ਮੈਡੀਕਲ ਸਿਸਟਮ ਰਾਈਟ ਨਾਓ ਕੈਨੇਡਾ ਦੇ ਵਿੱਚ ਥੋੜਾ ਜਿਹਾ ਦਾਵਾ ਡੋਲ ਚੱਲ ਰਿਆ ਵੇਟਿੰਗ ਟਾਈਮ ਬਹੁਤ ਹੈਗਾ इवन ਸਰਜਰੀਜ਼ ਵਾਸਤੇ ਬਹੁਤ ਵੇਟਿੰਗ ਟਾਈਮ ਆ ਤਕਰੀਬਨ 4 5 6 ਮਹੀਨੇ ਐ ਟਾਈਮ ਲੱਗ ਰਿਹਾ ਸਰਜਰੀ ਕੋਈ ਵੀ ਕਰਵਾਉਣੀ ਹੈਗੀ ਸੋ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈਲਥ ਕੇਅਰ ਸਿਸਟਮ ਦੇ ਵਿੱਚ ਤਾਂ ਕਰਕੇ ਲੋਕ ਸਫਰ ਬਹੁਤ ਕਰ ਰਹੇ ਨੇਗੇ ਸੋ ਉਹ ਚੀਜ਼ ਦੇਖਦੇ ਹੋਏ ਇਹਨਾਂ ਨੇ ਇਹ ਰੂਲ ਇਹ ਲਾਅ ਪਾਸ ਕੀਤਾ ਇੱਕ ਪੈਰਾ ਲੰਪਿਕ ਲੇਡੀ ਸੀਗੀ ਜਿਹਨੇ 1980s ਦੇ ਵਿੱਚ ਕੈਨੇਡਾ ਵਾਸਤੇ ਇਨਾਮ ਜਿੱਤਿਆ ਸੀਗਾ ਜਾਂ ਮੈਡਲ ਜਿੱਤਿਆ ਸੀਗਾ ਸੋ ਉਹਨੇ ਆਪਦਾ ਕਿਹਾ ਵੀ ਮੇਰਾ ਨਾ ਮੈਨੂੰ ਪ੍ਰੋਬਲਮ ਚੱਲ ਰਹੀ ਹੈ ਘਰ ਦੇ ਵਿੱਚ ਬਟ ਦੇਖੋ ਉਹਨੂੰ ਆਫਰ ਕੀਤਾ ਗਿਆ ਇਹ ਹੁਣ ਕਹਿੰਦੇ ਵੀ ਤੈਨੂੰ ਯੂਥਨੇਸ਼ੀਆ ਡੈਥ ਦੇ ਦੇ ਨਾ ਵੀ ਜੇ ਤੂੰ ਸਫਰ ਕਰ ਰਹੀ ਹੈ ਇਵਨ ਸ਼ੀ ਵਾਸ ਨਾਟ ਸਫਰਿੰਗ ਬਟ ਸ਼ੀ ਵਾਸ ਆਫਰਡ 댓 ਡੈਥ ਤੁਸੀਂ ਇਹ ਦੇਖ ਲਓ ਵੀ ਕੀ ਹੋ ਰਿਹਾ ਹੈਗਾ so i'm just sharing information i don't know actually everything about this thing but uh, i thought i can share this so you guys can read because new information a ji navi cheez a kal hi eh cheez bare main article padhya te ajj main tuhanu share kar reha ha baaki tusi sara data canada roads cdi website utte available a tusi youth nation asia bare udan vi dekh sakde ho kyuki canada de vich jyada ho reha hor countries de vich vi hega ga ਨਾਟ ਇਨ ਇੰਡੀਆ ਨਾਟ ਇਨ ਸਮ ਏਸ਼ੀਅਨ ਕੰਟਰੀਜ਼ ਬਟ ਕੁਝ ਕੰਟਰੀਜ਼ ਨੇ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹ ਚੀਜ਼ ਆਲਰੇਡੀ ਹੈਗੀ ਹੈਗੀ ਸੋ ਕੈਨੇਡਾ ਦੇ ਵਿੱਚ ਉਹ ਤੁਹਾਨੂੰ ਦੱਸ ਸਕਿਆ 10000 ਇਕੱਲੇ ਓਂਟਾਰੀਓ ਦੇ ਵਿੱਚ 9000 ਵੀ ਡੈਥ ਹੋ ਚੁੱਕੀਆਂ ਨੇ ਵੀ ਜਿਹੜੀਆਂ ਮਰਜ਼ੀ ਦੇ ਨਾਲ ਲੋਕਾਂ ਨੇ ਆਪਦੀ ਡੈਥ ਅਸੈਪਟ ਕੀਤੀ ਹੈ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਸਾਡੇ ਸਾਨੂੰ ਸਫਰਿੰਗ ਆ ਤੇ ਅਸੀਂ ਇਸ ਦੁਨੀਆ ਤੋਂ ਜਾਣਾ ਪਸੰਦ ਕਰਦੇ ਆ ਸੋ ਇੱਕ ਬਾਈ ਪੰਜਾਬੀ ਬਲੌਗਰ ਨੇ ਵੀ ਇਹਦੇ ਉੱਤੇ ਵੀਡੀਓ ਪਾਈ ਹੈਗੀ ਮੰਗਤ ਬਾਈ ਨੇ ਤੇ ਮੈਂ ਸੋਚਿਆ ਮੈਂ ਵੀ ਵੀਡੀਓ ਉੱਤੇ ਬਣਾਵਾਂ ਕਿਉਂਕਿ ਕੁਝ ਟੌਪਿਕਸ ਨੇ ਜਿਹੜੇ ਆਪਾਂ ਨਹੀਂ ਸ਼ੇਅਰ ਕਰਦੇ ਜਾਂ ਆਪਾਂ ਨੂੰ ਨਹੀਂ ਨੌਲੇਜ ਹੁੰਦੀ ਸੋ ਇਟਸ ਬੈਟਰ ਟੂ ਸ਼ੇਅਰ ਦ ਨੌਲੇਜ ਠੀਕ ਹੈ ਕਹਿੰਦੇ ਹੁੰਦੇ ਨੇ ਜੋ ਵੀ ਜੀ ਤੁਹਾਨੂੰ ਪਤਾ ਲੱਗਦੀ ਤੁਸੀਂ ਵੰਡ ਦੋ ਸੋ ਸੋਸ਼ਲ ਮੀਡੀਆ ਤਾਂ ਹੀ ਬਹੁਤ ਵਧੀਆ ਪਲੇਟਫਾਰਮ ਆ ਚੰਗੀਆਂ ਚੀਜ਼ਾਂ ਵਾਸਤੇ ਜ਼ਿਆਦਾ ਵਧੀਆ ਮੈਂ ਤਾਂ ਇਹ ਕਹੂੰਗਾ ਵੀ ਜੇ ਤੁਹਾਡੇ ਕੋਲ ਚੰਗੀ ਕੋਈ ਕਿਸੇ ਵੀ ਚੀਜ਼ ਬਾਰੇ ਨੌਲੇਜ ਹੈਗੀ ਆ ਤਾਂ ਤੁਸੀਂ ਸ਼ੇਅਰ ਕਰੋ ਬਾਕੀ ਗਲਤੀਆਂ ਭੁੱਲਾ ਚੁੱਕਾ ਜੀ ਮਾਫ ਕਰਿਆ ਕਰੋ ਠੀਕ ਹੈ ਕਿਉਂਕਿ ਬੰਦੇ ਆ ਇਨਸਾਨ ਹਨ ਗਲਤੀਆਂ ਹੁੰਦੀਆਂ ਨੇ ਕਿ ਕੁਝ ਵੀ ਚੀਜ਼ ਦੀ ਕੋਈ ਇਨਫੋਰਮੇਸ਼ਨ ਹੁੰਦੀ ਆ ਤੁਸੀਂ ਚਾਹੋ ਨੇ ਵੀ ਹਾਂ ਤੁਹਾਡੀ ਆਵਾਜ਼ ਬਣੀ ਹੈ ਜਾਂ ਤੁਹਾਡੀ ਗੱਲ ਸ਼ੇਅਰ ਕਰੀਏ ਤਾਂ ਜਰੂਰ ਤੁਸੀਂ ਕਮੈਂਟ ਕਰਿਆ ਕਰੋ ਜਰੂਰ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਟਰਾਈ ਕਰਾਂਗੇ ਵੀ ਜਿੰਨੀ ਵੀ ਕੋਈ ਨੌਲੇਜ ਵਾਲੀ ਚੀਜ਼ ਆ ਉਹ ਸ਼ੇਅਰ ਕਰੀਏ ਤੁਹਾਡੇ ਤੱਕ ਕਾਫੀ ਵੀਰ ਨੇ ਜਿਹੜੇ ਸ਼ੇਅਰ ਕਰਦ ਨੇ ਇੱਕ ਬਾਈ ਪਿੰਡੂ ਕੈਨੇਡੀਅਨ ਬਾਈ ਚੈਨਲ ਚਲਾ ਰਿਹਾ ਹੈਗਾ ਮੈਂਟੋ ਸਮਾਗ ਬਾਈ ਤੇ ਉਹ ਵੀ ਵਧੀਆ ਬਾਈ ਸ਼ੇਅਰ ਕਰਦਾ ਰਹਿੰਦਾ ਇਨਫੋਰਮੇਸ਼ਨ ਤੇ ਮੰਗਤ ਬਾਈ ਨੇ ਵਧੀਆ ਸ਼ੇਅਰ ਕੀਤੀ ਇਨਫੋਰਮੇਸ਼ਨ ਕਾਫੀ ਚੈਨਲਸ ਨੇ ਜਿਹੜੇ ਚੰਗੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਨੇ ਬਾਕੀ ਆਪਾਂ ਬਾਹਲੀਆਂ ਕੰਟਰੀਜ਼ ਰਹਿ ਰਹੇ ਨੇ ਦਿਮਾਗ ਬਹੁਤ ਖਰਾਬ ਹੁੰਦਾ ਆਪਣਾ ਬਿਕੋਜ਼ ਫੈਮਿਲੀ ਨਹੀਂ ਹੈਗੀ ਆਪਣੀ ਇੱਥੇ ਤੇ ਇੱਕ ਮੈਂ ਵੀਡੀਓ ਵੀ ਬਣਾਈ ਆ ਹਾਰਟ ਅਟੈਕ ਉੱਤੇ ਉਹ ਵੀ ਜ਼ਰੂਰ ਤੁਸੀਂ ਦੇਖਣੀ ਹੈਗੀ ਹਾਰਟ ਅਟੈਕ ਬਾਰੇ ਵੀ ਕਿਉਂ ਹੋ ਰਹੇ ਨੇ ਕੀ ਕਾਰਨ ਨੇ ਠੀਕ ਹੈ ਚੰਗੀ ਚੀਜ਼ ਸ਼ੇਅਰ ਕਰੋ ਜੀ ਚੰਗੀ ਚੀਜ਼ ਨਾ ਬੈਨੀਫਿਟ ਹੁੰਦਾ ਚੰਗੀ ਚੀਜ਼ ਨਾ ਨੌਲੇਜ ਮਿਲ ਜਾਈ ਕਿਉਂਕਿ ਆਪਾਂ ਇੰਟਰਨੈਟ ਉਤੇ ਬਹੁਤ ਟਾਈਮ ਸਪੈਂਡ ਕਰਦੇ ਆ ਸੋ ਚੰਗੀ ਚੀਜ਼ ਪੜੋ ਚੰਗੀ ਚੀਜ਼ ਸ਼ੇਅਰ ਕਰੋ ਬਾਕੀ ਜ਼ਿੰਦਗੀ ਦਾ ਭਾਈ ਕੋਈ ਭਰੋਸਾ ਨਹੀਂ ਹੈਗਾ ਠੀਕ ਆ ਕਹਿੰਦੇ ਹੁੰਦੇ ਤੂੰ ਤਾਂ ਬੰਦੇ ਆ ਬੁਲਬਲਾ ਪਾਣੀ ਦਾ ਠੀਕ ਆ ਤੇ ਕਦੋਂ ਵੀ ਕਹਿੰਦੇ ਹੁੰਦੇ ਨੇ ਵੀ ਚਲੇ ਜਾਣਾ ਇੱਥੋਂ ਸੋ ਚੰਗੀ ਜ਼ਿੰਦਗੀ ਜਿਵੇਂ ਚੰਗੀਆਂ ਚੀਜ਼ਾਂ ਅਡਾਪਟ ਕਰੋ ਤੇ ਇਹੀ ਆ ਜੀ ਬਸ ਵਾੜਾ ਚੰਗਾ ਕਿਸੇ ਨੂੰ ਨਾ ਬੋਲੋ ਮੈਂ ਇੱਕ ਵੀਡੀਓ ਬਣਾ ਪਾਈ ਸੀ ਉਹ ਤੇ ਇੰਟਰਨੈਟ ਉੱਤੇ ਤੇ ਮੈਨੂੰ ਕਾਫੀ ਕਮੈਂਟ ਜੀ ਆਏ ਯਾਰ ਵੀ ਤੂੰ ਡਾਕਟਰ ਆ ਜਾਂ ਤੂੰ ਆਏ ਆ ਬਸ ਗੱਲ ਆ ਵੀ ਜਦੋਂ ਹੁਣ ਆਪਾਂ ਪੜ੍ਹਦੇ ਆਂ ਚੀਜ਼ ਨੂੰ ਆਪਾਂ ਸ਼ੇਅਰ ਕਰ ਸਕਦੇ ਆਂ ਉਹ ਚੀਜ਼ ਨੂੰ ਜੇ ਤੁਸੀਂ ਕੋਈ ਨੌਲੇਜ ਗੇਨ ਕਰਦੇ ਹੋ ਦੈਟਸ ਵਾਈ ਸ਼ੇਅਰਿੰਗ ਰਾਈਟ ਤੁਸੀਂ ਬਿਨਾ ਨੌਲੇਜ ਤੋਂ ਤਾਂ ਕੁਝ ਵੀ ਸ਼ੇਅਰ ਨਹੀਂ ਕਰ ਸਕਦੇ ਹੈਗੇ ਸੋ ਇਹ ਯੂਥਨੇਸ਼ੀਆ ਡਿਫਰੈਂਟ ਟਾਪਿਕ ਆ ਈਵਨ ਡਿਊਰਿੰਗ आवर ਨਰਸਿੰਗ ਵੀ ਹੈਵ ਸਟੱਡੀਡ ਦੈਟ ਥਿੰਗ ਬਟ ਇੰਪਲੀਮੈਂਟਡ ਨਹੀਂ ਸੀਗੀ ਇਹ ਕਿਤੇ ਇੰਪਲੀਮੈਂਟ ਨਹੀਂ ਹੁੰਦੀ ਆਪਣੀ ਕੰਟਰੀ ਚ ਤਾਂ ਇੰਪਲੀਮੈਂਟ ਹੁੰਦੀ ਨਹੀਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤਾਂ ਇਹ ਇੰਪਲੀਮੈਂਟ ਨਹੀਂ ਹੁੰਦੀ ਹੈਗੀ ਬਟ ਹੁਣ ਇਹ ਲੀਗਲਾਈਜ਼ਡ ਆ ਇਧਰ ਕੈਨੇਡਾ ਦੇ ਵਿੱਚ 2016 ਤੋਂ ਤੇ 2023 ਦੇ ਵਿੱਚ ਇਹਦੇ ਵਿੱਚ ਐਡੀਸ਼ਨ ਹੋਣ ਜਾ ਰਹੀ ਹੈ ਵੀ ਜਿਹੜੇ ਮੈਂਟਲੀ ਹੈਲਥ ਪਰਸਨ ਨੇ ਜਾਂ ਜਿਨ੍ਹਾਂ ਨੂੰ ਮੈਂਟਲੀ ਪ੍ਰੋਬਲਮਸ ਨੇ ਗਿਆ ਉਹ ਵੀ ਅਪਲਾਈ ਕਰ ਸਕਦੇ ਨੇ ਫਾਰ ਆਫ ਦੀ ਮੌਤ ਵਾਸਤੇ ਵੀ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਇਸ ਦੁਨੀਆ ਦੇ ਉੱਤੇ। ਸੋ ਹੈਰਾਨੀਜਨਕ ਗੱਲ ਆ ਜੀ ਵੈਸੇ। ਅ ਕਿਉਂਕਿ ਪ੍ਰਮਾਤਮਾ ਨੇ ਇੰਨੀ ਵਧੀਆ ਜ਼ਿੰਦਗੀ ਦਿੱਤੀ ਆ ਪਰ ਲੋਕ ਇੰਨੀ ਸਫਰ ਕਰ ਰਹੇ ਨੇ, ਲੋਕ ਇੰਨੀਆਂ ਪ੍ਰੋਬਲਮਸ ਨੇ ਵੀ ਉਹਨਾਂ ਨੂੰ ਜਉਣ ਨਾਲੋ। ਸੋ ਦੋਸਤੋ ਖੁਸ਼ ਰਹਿਆ ਕਰੋ, ਆਬਾਦ ਰਹਿਆ ਕਰੋ ਜੀ। ਅ ਵਧੀਆ ਵਰਤਾਓ ਕਰੋ ਆਪਣੇ ਆਲੇ-ਦੁਆਲੇ। ਚੰਗਾ ਜਿਉਂ ਹੂੰ ਕਿਉਂਕਿ ਕੱਲ ਦਾ ਪਤਾ ਨਹੀਂ। ਸੋ ਅੱਜ ਦੇ ਵਿੱਚ ਰਹੋ। ਠੀਕ ਹੈ ਟੈਨਸ਼ਨਸ ਨੂੰ ਵੱਧ ਤੋਂ ਵੱਧ ਟੈਨਸ਼ਨ ਲੀਵ ਕਰੋ ਜਿਵੇਂ ਵੀ ਹੋ ਸਕਦੀ ਹੈ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਚੀਜ਼ ਕਰੋ ਸੋ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਜੀ 13OTHI ਤਾਂ ਕਿ ਆਪਾਂ ਹੋਰ ਵੀਡੀਓਜ਼ ਪਾਉਂਦੇ ਰਹੀਏ ਧੰਨਵਾਦ ਸਤਿ ਸ੍ਰੀ ਅਕਾਲ ਜੀ